ਸਤਿਕਾਲ ਜੀ, ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਮੈਂ ਸ਼ਾਹਵਾਲੇ ਰੋਡ ਤੋਂ ਰਹਿਣ ਵਾਲਾ ਜੀ। ਸਾਡੇ ਘਰੇ ਸੁਬਹਾ 9 ਵਜੇ ਦੇ ਕਰੀਬ ਸੋਤਾ ਟੈਂਟ ਹਾਊਸ ਵਾਲਾ ਦਾ ਮੁੰਡਾ, ਜੋ ਕਿ ਸਾਡਾ ਮੈਕਸ ਡੋਗ ਸੀਗਾ ਜੀ, ਉਹਨੂੰ ਲੈ ਕੇ ਗਿਆ ਘਰੋਂ। ਜਦੋਂ ਉਹ ਮੈਕਸ ਨੂੰ ਲੈ ਕੇ ਗਿਆ ਘਰੋਂ ਜੀ, ਬਿਲਕੁਲ ਐਕਟਿਵ ਸੀਗਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਸੀ, ਕੋਈ ਉਹਦੇ 'ਚ ਬਿਮਾਰੀ ਨਹੀਂ ਸੀਗੀ, ਬਿਲਕੁਲ ਸਹੀ ਸੀਗਾ ਜੀ ਜਦੋਂ ਲੈ ਕੇ ਗਿਆ। ਅਤੇ 9 ਵਜੇ ਮੈਂ ਕਾਲ ਕੀਤੀ ਵੀ ਸਰ ਡੋਗ ਨੂੰ ਵਾਪਸ ਕਰ ਜਾਓ, ਸਾਡੇ ਨੂੰ ਮੈਕਸ ਨੂੰ ਛੱਡ ਜਾਓ, ਅਸੀਂ ਰੋਟੀ ਪਾਣੀ ਖਵਾਉਣੀ। ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਅਸੀਂ ਉਹਨੂੰ ਦਹੀਂ ਵਗੈਰਾ ਖਵਾ ਦਿੱਤਾ ਵਾ, ਅਤੇ ਤੁਸੀਂ ਟੈਨਸ਼ਨ ਨਾ ਲਓ, ਸ਼ਾਮ ਨੂੰ ਤੁਹਾਡੇ ਕੋਲੋਂ ਤੁਹਾਡਾ ਡੋਗ ਹੀ ਛੱਡ ਜਾਵਾਂਗੇ ਜੀ। ਫਿਰ ਜਦੋਂ ਸ਼ਾਮ ਨੂੰ ਇਹਨਾਂ ਨੇ ਮੈਨੂੰ ਆਪ ਹੀ ਕਾਲ ਕੀਤੀ, ਮੈਂ ਨਹੀਂ ਕਾਲ ਕੀਤੀ, 5 ਵਜੇ ਦੇ ਕਰੀਬ, ਕਹਿੰਦੇ ਜੀ ਤੁਹਾਡਾ ਡੋਗ ਮਰ ਗਿਆ ਵਾ, ਇਹਨੂੰ ਲੈ ਜਾਓ। ਸੋ ਜਦੋਂ ਅਸੀਂ ਇਹਨਾਂ ਨੂੰ ਆਪਦਾ ਡੋਗ ਸਹੀ ਸਲਾਮਤ ਦਿੱਤਾ ਵਾ, ਫਿਰ ਇਹਨਾਂ ਘਰੇ ਜਾ ਕੇ ਮਰਿਆ, ਸਾਡੇ ਵਾਸਤੇ ਸਾਡੇ ਕਹਿਣ ਦੇ ਅਨੁਸਾਰ ਇਹਨਾਂ ਨੇ ਹੀ ਸਾਡਾ ਡੋਗ ਮਾਰਿਆ ਜੀ। ਤਾਂ ਮੈਂ ਉਹਨਾਂ ਦੇ ਘਰੇ ਗਿਆ ਜੀ, ਉਹਦੀਆਂ ਅੱਖਾਂ 'ਚੋਂ ਖੂਨ ਆ ਰਿਹਾ ਸੀ ਜੀ ਡੋਗ ਦੇ, ਉਹਦੇ ਨੱਕ 'ਚੋਂ ਵੀ ਖੂਨ ਆ ਰਿਹਾ ਸੀ ਜੀ। ਅਤੇ ਜ਼ਰੂਰ ਇਹਨਾਂ ਨੇ ਉਹਨੂੰ ਕੋਈ ਨਾ ਕੋਈ ਜ਼ਹਿਰੀਲੀ ਚੀਜ਼ ਖਵਾਈ ਆ, ਤਾਂ ਹੀ ਉਹਦੀ ਇੰਨੀ ਬੁਰੀ ਹਾਲਤ ਨਾਲ ਮੌਤ ਹੋ ਗਈ। ਥਾਣੇ ਗਏ ਸਰ, ਅਸੀਂ ਦਰਖਾਸਤ ਦਿੱਤੀ ਹੋਈ ਆ ਜੀ, ਉਹ ਸਰ ਸੁਬਹਾ ਸ਼ਾਮ ਦਾ ਕਰ ਰਿਹਾ ਜੀ, ਕੋਈ ਖਾਸ ਸਾਡੀ ਸੁਣਵਾਈ ਨਹੀਂ ਕਰ ਰਿਹਾ, ਕੋਈ ਪਰਚਾ ਨਹੀਂ ਕੱਟਿਆ ਕਿਸੇ ਦੇ, ਕੋਈ ਕਿਸੇ ਨੂੰ ਜਿਹੜਾ ਸੋਤਾ ਟੈਂਟ ਹਾਊਸ ਵਾਲਾ ਦਾ ਮੁੰਡਾ ਗੋਨਾ, ਨਾ ਉਹਨਾਂ ਨੇ ਲੈ ਕੇ ਥਾਣੇ ਉਹਦੇ ਲਈ ਕੋਈ ਪੁੱਛਗਾਛ ਕੀਤੀ ਆ ਜੀ, ਅਤੇ ਨਾ ਹੀ ਉਹਨਾਂ 'ਤੇ ਕੋਈ ਪਰਚਾ ਦਰਜ ਕਰਨ। ਸਰ ਅਸੀਂ DSP ਸਰ ਕੋਲ ਗਏ ਜੀ, ਸਰ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਕਾਰਵਾਈ ਕਰਾਂਗੇ, ਪਰ ਉਹਨਾਂ ਨੇ ਇਹ ਵੀ ਗੱਲ ਨਾਲ ਕਹੀ ਵੀ ਹੁਣ ਅਸੀਂ ਕੁੱਤਿਆਂ ਮਗਰ ਫਿਰਾਂਗੇ। ਸਰ ਉਹ ਕੁੱਤਾ ਨਹੀਂ ਸੀ, ਸਾਡੇ ਪਰਿਵਾਰ ਦਾ ਮੈਂਬਰ ਸੀਗਾ। ਅਸੀਂ 35,000 ਦਾ ਬੱਚਾ ਲਿਆ ਸੀ ਜੀ ਪੇਪਰਾਂ ਸਮੇਤ, ਤੋਂ ਕੋਈ ਅੱਜ ਤੋਂ 2 ਸਾਲ 5 ਮਹੀਨੇ ਪਹਿਲਾਂ, ਜੋ ਕਿ ਅੱਜ ਉਸ ਤੋਂ ਬਾਅਦ ਉਹਦੀ ਪਾਲਣ ਪੋਸ਼ਣ ਬੱਚਿਆਂ ਵਾਂਗ ਕੀਤੀ ਆ। 8-9 ਹਜ਼ਾਰ ਰੁਪਏ ਦੀ ਫੀਡ ਮਹੀਨੇ ਦੀ ਪੈਂਦੀ ਸੀ ਉਹਨੂੰ। ਅਸੀਂ ਆਪਦੇ ਬੱਚਿਆਂ ਨੂੰ ਇੱਕ ਪਰਿਵਾਰ ਦੇ ਮੈਂਬਰ ਵਾਂਗੂ ਪਾਲਿਆ ਵਾ। ਉਹ ਇਹ ਕੁੱਤਾ ਕਹਿ ਰਿਹਾ, ਪਰ ਉਹ ਕੁੱਤਾ ਨਹੀਂ, ਉਹਨਾਂ ਵਾਸਤੇ ਕੁੱਤਾ ਹੋਏਗਾ, ਸਾਡੇ ਵਾਸਤੇ ਪਰਿਵਾਰ ਦਾ ਮੈਂਬਰ ਸੀਗਾ। ਚਾਹੀਦਾ ਕਿ ਉਹ ਬੱਚੇ ਨਾਲ, ਉਸ ਡੋਗ ਨਾਲ ਕੀ ਹੋਇਆ, ਕੀ ਕੀਤਾ ਗਿਆ, ਕਿਵੇਂ ਮਰਿਆ, ਜੇਕਰ ਉਹਨੂੰ ਇਹਨਾਂ ਨੇ ਮਾਰਿਆ ਵਾ, ਇਹ ਪੋਸਟਮਾਰਟਮ ਕਰਕੇ ਉਹਦੀ ਤਫਤੀਸ਼ ਕਰਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਮੈਂ ਪਸ਼ੂ ਪਾਲਣ ਵਿਭਾਗ ਅੱਗੇ ਵੀ ਬੇਨਤੀ ਕਰਦਾ ਵਾਂ, ਪੁਲਿਸ ਪ੍ਰਸ਼ਾਸਨ ਵਿਭਾਗ ਅੱਗੇ ਬੇਨਤੀ ਕਰਦਾ ਵਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ, ਉਹਨਾਂ 'ਤੇ ਪਰਚਾ ਕੱਟਿਆ ਜਾਵੇ, ਜੇ ਦੋਸ਼ੀ ਹਨ ਤਾਂ ਪਰਚਾ ਕੱਟਿਆ ਜਾਵੇ, ਸਾਡੀ ਕਾਰਵਾਈ ਕੀਤੀ ਜਾਵੇ, ਸਾਡੀ ਸੁਣਵਾਈ ਕੀਤੀ ਜਾਵੇ। ਅਸੀਂ ਕਰ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ, ਕੋਈ ਪੁੱਛਗਛ ਨਹੀਂ ਹੁੰਦੀ, ਤਾਂ ਅਸੀਂ ਕੋਰਟ ਕੇਸ ਕਰਾਂਗੇ ਤਾਂ ਕਿ ਸਾਡੇ ਡੋਗੀ ਨੂੰ, ਮੈਕਸ ਨੂੰ, ਜੋ ਕਿ ਉਹ ਸਹੀ ਸਲਾਮਤ ਲੈ ਕੇ ਗਏ ਸੀਗੇ, ਉਹਨਾਂ ਨੇ ਉਹਨੂੰ ਮਾਰਤਾ, ਜੇਕਰ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਕੋਰਟ ਕੇਸ ਲਾਵਾਂਗੇ, ਕੋਰਟ ਕੇਸ ਲਾ ਕੇ ਉਹਨਾਂ 'ਤੇ ਕਾਰਵਾਈ ਕਰਾਵਾਂਗੇ, ਜੋ ਡੋਗੀ ਨੂੰ, ਆਪਦੇ ਮੈਕਸ ਨੂੰ ਇਨਸਾਫ ਦਵਾਵਾਂਗੇ। ਸਾਡੇ ਕੋਲ ਇੱਕ ਸਿਮਰਨ ਔਰ ਵਾਈਫ ਆਫ ਜਿਹੜੇ ਸੰਦੀਪ ਸਿੰਘ ਨੇ ਸ਼ਾਹਵਾਲਾ ਰੋਡ ਤੋਂ, ਉਹਨਾਂ ਨੇ 9 ਤਰੀਕ ਨੇ ਕੰਪਲੇਂਟ ਦਿੱਤੀ ਸੀਗੀ ਕਿ ਉਹਨਾਂ ਦਾ ਡੋਗ ਜਿਹੜਾ ਹੈਗਾ ਗੋਲਡਨ ਲੈਬਰਾ, ਜਿਹੜਾ ਕਿਸੇ ਨੇ ਦਵਾਈ ਵਗੈਰਾ ਦੇ ਕੇ ਜਿਹਦੀ ਡੈਥ ਹੋ ਗਈ ਹੈ। ਅਸੀਂ ਇਹਦੇ ਲਈ ਇੱਕ ਹੈਗਾ ਪੱਤਰ ਜਿਹੜਾ ਹੈਗਾ ਵੈਟਰਨਰੀ ਔਫਿਸਰ ਦੇ ਨੂੰ ਕੀਤਾ ਸੀਗਾ, ਜਿਹੜਾ ਸੈਚਰਡੇ ਸੰਡੇ ਲਈ ਹੋਣ ਕਰਕੇ ਜਿਹੜਾ ਹੈਗਾ ਬੋਡੀ ਨੂੰ ਜਿਹੜਾ ਪੋਸਟਮਾਰਟਮ ਨਹੀਂ ਹੋ ਸਕਿਆ ਅਤੇ ਉਹਨਾਂ ਨੇ ਮੋਰਚਰੀ ਦੇ ਵਿੱਚ ਲਗਵਾਇਆ ਗਿਆ ਸੀਗਾ, ਜਿਹਦੇ ਲਈ ਡਾਕਟਰ ਸਾਹਿਬ ਵੱਲੋਂ ਬੋਰਡ ਬਣਾਇਆ ਗਿਆ, ਜਿਹਦੇ ਵਿੱਚ 3 ਡਾਕਟਰ ਸਹਿਜਪਾਲ ਸਿੰਘ ਅਤੇ ਅਮਰਵੀਰ ਸਿੰਘ ਅਤੇ ਪ੍ਰਭਲੀਨ ਸਿੰਘ ਜਿਹੜੇ ਹੈਗੇ ਨੇ ਬੋਰਡ ਦੇ ਮੈਂਬਰ ਹੈਗੇ ਨੇ। ਅੱਜ ਸ਼ਾਮ 4 ਵਜੇ ਦੇ ਕਰੀਬ ਜਿਹੜਾ ਹੈਗਾ ਪੋਸਟਮਾਰਟਮ ਹੋ ਜਾਊਗਾ। ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੇ ਤੁਹਾਡੇ ਹੀ ਮੁਲਾਜ਼ਮ, ਉਹ ਕਹਿੰਦੇ ਕੁਛ ਲੈ ਦੇ ਕੇ ਰਾਜ਼ੀਨਾਮਾ ਕਰ ਲਓ, ਇਹਦਾ ਅਸੀਂ ਕੁਛ ਨਹੀਂ ਹੋਣ ਦੇਣਾ, ਕੀ ਲੱਗਦਾ ਇਸ ਬਾਰੇ? ਕੋਈ ਕਿਸੇ ਨੇ ਕੋਈ ਇਹਨਾਂ ਨਾਲ ਇੱਦਾਂ ਦੀ ਗੱਲ ਨਹੀਂ ਕੀਤੀ, ਕਿਉਂਕਿ ਜਿਹੜਾ ਹੈਗਾ ਮੈਟਰ ਹੈਗਾ ਉਹ ਇਹਨਾਂ ਨੇ ਆਪ ਹੀ ਕਿਹਾ ਹੈਗਾ ਕਿ ਕੋਈ ਨਸ਼ੀਲੀ ਚੀਜ਼ ਦੇ ਕੇ ਮਾਰਿਆ ਗਿਆ ਡੋਗ ਨੂੰ। ਐਂਡ ਅਸੀਂ, ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਕਿ ਵੀ ਉਹਨਾਂ ਦੀ ਡੈਥ ਦਾ ਕੋਜ਼ ਆਫ ਡੈਥ ਕੀ ਹੈ। ਜਦੋਂ ਤੱਕ ਆਪਾਂ ਪੋਸਟਮਾਰਟਮ ਨਹੀਂ ਹੁੰਦਾ, ਕੋਜ਼ ਆਫ ਡੈਥ ਨਹੀਂ ਪਤਾ ਲੱਗਦਾ, ਆਪਾਂ ਇਹਦੇ 'ਤੇ ਅੱਗੇ ਕੋਈ ਕਾਰਵਾਈ ਨਹੀਂ ਕਰ ਸਕਦੇ ਸੀਗੇ। ਅੱਜ ਪੋਸਟਮਾਰਟਮ ਹੋ ਜਾਏਗਾ ਅਤੇ ਜਿਹੜਾ ਕੋਜ਼ ਆਫ ਡੈਥ ਪਤਾ ਲੱਗਣ 'ਤੇ ਹੈ ਬਣਦੀ ਕਾਰਵਾਈ ਕੀਤੀ ਜਾਊਗੀ।